ਪੰਜਾਬ ਦੀਆਂ ਸਹਿਕਾਰੀ ਸਭਾਵਾਂ ਨਵਾਂ ਬਿਰਤਾਂਤ ਸਿਰਜ ਸਕਦੀਆਂ ਹਨ। ਸਰਕਾਰ ਨੂੰ ਤਰੱਕੀ ਦੇ ਰਾਹ ਤੁਰਨ ਲਈ ਤੁਰੰਤ ਕੋਈ ਚਾਰਾਜੋਈ ਕਰਨੀ ਬਣਦੀ ਹੈ। ਖੇਤੀਬਾੜੀ, ਘਰੇਲੂ ਸਨਅਤਾਂ ਅਤੇ ਪੇਂਡੂ ਵਿਕਾਸ ਨੂੰ ਨਵੀਂ ਸੇਧ ਦੇਣ ਦਾ ਸਭ ਤੋਂ ਵਧੀਆ ਧੁਰਾ ਪੰਜਾਬ ਵਿੱਚ 19,000 ਤੋਂ ਵੱਧ ਸਹਿਕਾਰੀ ਸਭਾਵਾਂ ਹਨ, ਜਿਨ੍ਹਾਂ ਦੇ 50 ਲੱਖ ਦੇ ਕਰੀਬ ਮੈਂਬਰ ਹਨ ਅਤੇ ਪੰਜਾਬ ਦੇ 12,300 ਤੋਂ ਵੱਧ ਵਸੋਂ ਵਾਲੇ ਪਿੰਡਾਂ ਵਿੱਚ ਹਰ ਘਰ ਤੱਕ ਇਹਨਾਂ ਦੀ ਪਹੁੰਚ ਹੈ। ਸਰਕਾਰੀ ਮਾਰਗਦਰਸ਼ਨ ਦੀ ਘਾਟ, ਲੋਕਲ ਸੋਸ਼ਲ ਆਡਿਟ ਤੋਂ ਸੱਖਣੇ ਇਹ ਅਦਾਰੇ ਲੋਕਾਚਾਰੀ ਵੱਲੋਂ ਪਰਵਾਹ ਨਾ ਕਰਨ ਕਰਕੇ ਸਹਿਕਾਰੀ ਸਭਾਵਾਂ ਚੰਗੀ ਰਹਿਨੁਮਾਈ ਤੋਂ ਸੱਖਣੀਆਂ ਤੇ ਕੁਝ ਗੁਣਾਤਮਕ ਅਣਗਹਿਲੀਆਂ ਕਾਰਨ ਡਿਫਾਲਟਰ ਹੋ ਰਹੀਆਂ ਹਨ, ਜੋ ਭਵਿੱਖ ਲਈ ਗੰਭੀਰ ਮਸਲਾ ਬਣ ਜਾਏਗਾ, ਕਿਉਂਕਿ ਮੁੜ ਕਿਸੇ ਨੇ ਇਸ ਢਾਂਚੇ ਤੇ ਵਿਸ਼ਵਾਸ ਨਹੀਂ ਕਰਨਾ। ਮਾਰਕਫੈਡ ਕਿਸੇ ਵੇਲੇ ਏਸ਼ੀਆ ਦਾ ਸਭ ਤੋਂ ਵੱਡਾ ਕੋਆਪਰੇਟਿਵ ਸੰਸਥਾਨ ਤੇ ਸਹਿਕਾਰਤਾ ਲਹਿਰ ਦਾ ਚਾਨਣ ਮੁਨਾਰਾ ਸੀ। ਅੱਜ ਉਹ ਮੁੱਲ ਦੇਸ਼ ਵਿੱਚ ਆਪਣਾ ਨਾਂ ਸਥਾਪਿਤ ਕਰ ਗਿਆ ਹੈ। ਇਹਨਾਂ ਚੀਜ਼ਾਂ ਵੱਲ ਧਿਆਨ ਦੇਣਾ ਅਤਿ ਜ਼ਰੂਰੀ ਹੈ, ਕਿਉਂ ਜੋ ਸਾਡੇ ਅਰਥਚਾਰੇ ਨੂੰ ਜ਼ਮੀਨੀ ਪੱਧਰ ਤੇ ਤਗੜਾ ਉਲਾਰਾ ਕੋਆਪਰੇਟਿਵ ਸੁਸਾਇਟੀਆਂ ਰਾਹੀਂ ਹੀ ਦਿੱਤਾ ਜਾ ਸਕਦਾ ਹੈ।